ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾ ਨੂੰ, ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਬਾਕੀ ਹੁਣ ਅਸੀਂ ਜਾ ਰਹੇ ਹਾਂ ਬਾਜ਼ਾਰ ਨੂੰ, ਜਪਨੂਰ ਵੀ ਜਾਊਗਾ ਅਤੇ ਤਿਆਰ ਹੋ ਗਏ ਹਾਂ ਅਤੇ ਮੈਂ ਵੀ ਜਾਊਂਗਾ ਅਤੇ ਗਰਮੀ ਬਹੁਤ ਜ਼ਿਆਦਾ। ਮੈਂ ਦੁਆ ਕਰਦਾ ਬਾਬਾ ਮੀਂਹ ਪਾਸੇ ਸਾਡੇ 'ਤੇ ਵੀ ਤਰਸ ਖਾਲਾ ਗਰੀਬਾਂ 'ਤੇ। ਅਤੇ ਬਾਕੀ ਥੋੜ੍ਹਾ ਘਣਾ ਨਾ ਵੀ ਉਹ ਲੈ ਕੇ ਆਉਣਾਗਾ ਸੌਦਾ ਪੱਤਾ। ਅਤੇ ਬਾਕੀ ਰਮਨ ਦੇ ਬ੍ਰਦਰ ਆਏ ਸੀਗੇ, ਉਹ ਫਿਰ ਜੋ ਚਲੋ ਭੈਣ ਭਰਾ ਲਈ ਲੈ ਕੇ ਆਉਂਦਾ ਖਾਣ ਪੀਣ ਦਾ ਸਮਾਨ, ਚਲੋ ਉਹ ਤਾਂ ਲੈ ਕੇ ਆਉਂਦਾ ਹੁੰਦਾ ਨਾ। ਆਪਣੇ ਇੱਧਰ ਪਿੰਡਾਂ ਵੱਲ ਵੀ ਜਿਵੇਂ ਹੁਣ ਕੁੜੀਆਂ ਨੂੰ ਸੰਧਾਰਾ ਦੇ ਦਿੰਦੇ, ਬਿਸਕੁਟ ਕਢਾ ਕੇ ਦੇ ਦਿੰਦੇ ਜਾਂ ਕੁਛ ਹੋਰ, ਹੈ ਨਾ। ਅਤੇ ਉਹ ਫਿਰ ਭਾਅ ਜੀ ਨਾ ਰਮਨ ਨੂੰ ਪੈਸੇ ਦੇ ਗਏ ਸੀਗੇ, ਕਹਿੰਦੇ ਜਿਹੜਾ ਕੁਛ ਲਿਆਉਣਾ ਤੁਸੀਂ ਲਿਆ ਜੀ। ਮੈਂ ਫਿਰ ਰਮਨ ਨੂੰ ਕਿਹਾ, ਰਮਨ ਪਤਾ ਨਹੀਂ ਸੀ ਨਾ ਹੁਣ ਸਾਡੇ ਉੱਧਰ ਇਹ ਚੀਜ਼ ਹੈ ਨਹੀਂ, ਮਤਲਬ ਪਤਾ ਨਹੀਂ ਜ਼ਿਆਦਾ। ਹਾਂ, ਅਤੇ ਮੈਂ ਫਿਰ ਰਮਨ ਨੂੰ ਕਿਹਾ, ਰਮਨ ਆਪਾਂ ਨੂੰ ਨਾ ਵੀ ਬਿਸਕੁਟਾਂ ਦਾ ਨਾਲੇ ਤਾਂ ਪ੍ਰਸ਼ਾਦ ਲਿਆਵਾਂਗੇ, ਠੀਕ ਹੈ, ਅਤੇ ਨਾਲੇ ਪੁੱਛਾਵਾਂਗੇ ਰੇਟ ਕੀ ਚੱਲਦਾ ਬਿਸਕੁਟਾਂ ਦਾ। ਫਿਰ ਆਪਾਂ ਜਾਂ ਜੇ ਆਪਾਂ ਨੂੰ ਠੀਕ ਲੱਗਦੇ ਹੋਏ ਆਪਾਂ ਕਢਵਾ ਲਾਂਗੇ, ਅਤੇ ਨਾਲੇ ਊਂ ਰੇਟ ਪੁੱਛਾਵਾਂਗੇ ਕੀ ਰੇਟ ਆ ਬਿਸਕੁਟਾਂ ਦਾ ਵੀ ਜੇ ਕੱਢੇ ਕਢਾਏ। ਅਤੇ ਹੁਣ ਅਸੀਂ ਜਾ ਰਹੇ ਹਾਂ, ਵੇਖਦੇ ਹਾਂ ਵੀ ਕੱਢੇ ਕਢਾਏ ਬਿਸਕੁਟ ਕੀ ਰੇਟ ਆ ਪੈਂਦੇ ਆ ਅਤੇ ਦੂਜੇ ਕੀ ਰੇਟ ਪੈਂਦੇ ਆ, ਅਤੇ ਫਿਰ ਵੇਖਾਂਗੇ। ਬਾਹਰ ਧੁੱਪ ਬਹੁਤ ਆ, ਛੱਤਾਂ ਲੈ ਕੇ ਜਾਣਾ ਪੈਣਾ। ਅਸੀਂ ਚੱਲੇ ਸੀ ਬਾਜ਼ਾਰ ਨਵੀਂ ਚੀਜ਼ ਕਢਾਉਣ, ਜੋ ਮੈਨੂੰ ਨਹੀਂ ਪਤਾ ਇੱਥੇ, ਹੁਣ ਪਤਾ ਲੱਗ ਰਿਹਾ ਆ ਕੇ। ਕਿਵੇਂ ਸੌਦਾ ਪੱਤਾ ਲੈਣ ਚਲੇ ਆ? ਸੌਦਾ ਪੱਤਾ ਜਿਹਨੂੰ ਕਹਿੰਦੇ ਨੇ, ਉੱਥੇ ਕੀ ਕਹਿੰਦੇ ਆ ਸੌਦੇ ਪੱਤੇ ਨੂੰ? ਸੌਦਾ ਪੱਤਾ ਹੀ ਕਹਿੰਦੇ ਕਈ ਵਾਰੀ, ਤੇ ਜ਼ਰੂਰੀ ਨਹੀਂ ਹੈ, ਕਈ ਚੀਜ਼ਾਂ ਸੇਮ ਹੈਗੀਆਂ ਬੋਲੀ 'ਚ ਉੱਥੇ ਦੀ। ਉਹ ਛਤਰੀ ਉੱਤੇ ਕਰੋ, ਮੈਨੂੰ ਲੱਗੀ ਜਾਂਦੀ ਮਹਾਰਾਣੀ ਜਪਨੂਰ ਤੋਂ ਆਪ ਪੈਦਲ, ਮੈਨੂੰ ਪੈਦਲ ਤੁਰਾਈ ਜਾਂਦੇ ਨੇ, ਸਾਹੁ ਸਾਈ ਹੋਈ ਪਈ ਹਾਂ ਮੈਂ ਤਾਂ। ਲੀਸੀ ਲੂਸੀ ਕੌਣ ਨਹੀਂ ਹੁੰਦੀ, ਮੈਂ ਲੱਗਦਾ ਨਹੀਂ ਮੈਨੂੰ ਹੋ ਜਾਣਾ। ਰਮਨ ਕਹਿੰਦੀ ਵੀ ਨਾਲੇ ਤਾਂ ਮੈਂ ਵੀਡੀਓ ਬਣਾ ਲਾਂ ਅਤੇ ਨਾਲੇ ਮੈਂ ਰੇਟ ਵਗੈਰਾ ਪੁੱਛ ਲਾਂ ਵੀ ਕਢਾਈ ਕੀ ਰੇਟ ਆ ਚੱਲਦੀ ਆ ਅਤੇ ਵੀ ਊਂ ਕੀ ਰੇਟ ਚੱਲਦਾ ਕਿਲੋ ਦਾ। ਅਤੇ ਆ ਬਾਈ ਬਣਾਈ ਜਾਂਦਾ ਬਿਸਕੁਟ, ਰਮਨ ਕਹਿੰਦੀ ਉਹ ਮਸ਼ੀਨ ਆ, ਅਤੇ ਰਮਨ ਦੇਖਦੀ ਆ ਨਾਲੇ ਵੀਡੀਓ ਬਣਾਈ ਜਾਂਦੀ ਆ ਅਤੇ ਨਾਲੇ ਆਪਦਾ ਰੇਟ ਪੁੱਛਣ ਗਈ ਆ। ਵੇਖਦੇ ਹਾਂ ਫਿਰ ਥੋੜ੍ਹੇ ਜਿਹੇ ਲਿਜਾਵਾਂਗੇ, ਬਣੇ ਬਣਾਏ ਲਿਜਾਵਾਂਗੇ, ਅਤੇ ਉਹਤੋਂ ਬਾਅਦ ਫਿਰ ਵੇਖਾਂਗੇ ਲੱਕੜੀਆਂ ਆਉਂਦੀਆਂ ਤਾਂ ਕੁੜੀ ਨੂੰ ਵੀ ਦੇਣੇ ਹੋਣਗੇ ਅਤੇ ਫਿਰ ਕਢਾ ਲਾਂਗੇ ਰੋਕ ਕੇ। ਆਪਾਂ ਨੂੰ ਵੀ ਗਰਮੀ ਬਾਹਲੀ ਆ, ਇਹਦਾ 5 ਮਿੰਟ ਰੋਕਣਾ ਔਖਾ ਕਰਤਾ ਉੱਥੇ। ਡੋਗੀ ਨੂੰ ਵੇਖਣਾ, ਡੋਗੀ ਦਾ ਹੋ ਪਈ ਆ, ਡੋਗੀ ਕਿੱਥੇ, ਡੋਗੀ ਬਾਜ ਮਾਰਦੇ, ਡੋਗੀ ਮਾਰਦੇ ਮਾਰਦੇ ਬਾਜ ਓਏ। ਜਪਨੂਰੇ ਜਪਨੂਰ
ਦਾਵਕੇ ਮਾਰ ਦਿਆ ਅਬ ਹਾਂ ਦੁੱਧ ਲਗੇ ਉਹ ਤੇਰੇ ਸ਼ੋਰ ਜੇ ਨੇ ਨਾ ਬੁੜੀਆਂ ਦੇ ਪਾਣੀ ਪਾਣੇ ਲੱਤ ਮਾਰੀ ਮੂਹਰੇ ਖੜਾ ਇੱਥੇ ਮੈਂ ਫਿਰ ਘੂਰਿਆ ਮੈਂ ਉਹਨੂੰ ਕਿਹਾ ਮੈਂ ਕਿਹਾ ਦੱਸਦਾ ਜੱਗੇ ਨੂੰ ਆ ਜਾਂਦੇ ਉੱਥੇ ਜਿੱਥੇ ਘਰ ਵਾਲੀ ਖੜੀ ਆ ਉੱਥੇ ਉਹ ਖੜਾ ਸੀ ਇੱਥੇ ਕੁੜੀ ਖੜੀ ਆ ਇੱਥੇ ਹੋਰ ਠੀਕ ਠਾਕ ਆ ਥੱਕ ਗਈ ਖੋਲੇ ਇਹਨੂੰ ਨਾ ਦੇ ਮੂੰਹ 'ਚ ਪਾ ਲੈਂਦੀ ਆ ਇਹ ਚੱਲ ਮੈਂ ਤਾਂ ਵੈਸੇ ਹੀ ਤੋੜ ਲਿਆ ਗੱਡੀ ਆ ਗਈ ਹਾਂ ਮੰਮੀ ਬਾਬਾ ਜੀ ਦਾ ਸ਼ੁਕਰੀਆ ਅਦਾ ਕਰਨ ਗਏ ਸੀ ਨਾ ਪਹਿਲੇ ਆਪਾਂ ਚੱਲੇ ਸੀ ਖੇਤ ਉੱਥੇ ਉਹ ਲੈਣ ਛੱਲੀਆਂ ਲੈਣ ਤੋੜਨ ਚੱਲੇ ਸੀ ਅਤੇ ਜਿਵੇਂ ਹੀ ਨਿਕਲੇ ਅਤੇ ਬਾਰਿਸ਼ ਆ ਗਈ ਅਤੇ ਬਾਈਕ ਸਾਨੂੰ ਅੰਦਰ ਕਰਨੀ ਪੈ ਗਈ ਅਤੇ ਘੰਟਾ ਡੇਢ ਹੋ ਗਿਆ ਬਾਰਿਸ਼ ਆ ਰਹੀ ਸੀ ਅਤੇ ਹੁਣ ਜਾ ਕੇ ਰੁਕੀ ਹੈ ਅਤੇ ਮੈਂ ਕਿਹਾ ਚਲੋ ਗੁਰਦੁਆਰੇ ਬਾਬਾ ਜੀ ਦੇ ਦਰਸ਼ਨ ਹੀ ਕਰ ਲੈਂਦੇ ਹਾਂ ਕਿਉਂਕਿ ਟਾਈਮ ਜਿਹਾ ਨਹੀਂ ਲੱਗਦਾ ਨਹੀਂ ਤਾਂ ਵੈਸੇ ਕੱਢਣਾ ਚਾਹੀਦਾ ਕਿ ਰੋਜ਼ ਜਾਈਏ ਆਪਾਂ ਬਾਬਾ ਜੀ ਦੇ ਦਰਸ਼ਨ ਹਨੇਰਾ ਕਰਕੇ ਆ ਬਸ ਹੁਣ ਧੁੰਦਲਾ ਧੁੰਦਲਾ ਘਰੇ ਪਹੁੰਚਣ ਵਾਲੇ ਆ ਥੱਕ ਗਈ ਹੈ ਬਸ ਇੰਨੇ ਜੀ ਥੱਕ ਗਈ
ਗਰਲੀਨ ਕੇ ਰਿਸ਼ਤੇਦਾਰ ਕਹਿੰਗੇ ਹਾਏ ਗਰਲੀਨ ਤੁਰ ਆਉਂਦੀ ਬਸ ਆਹ ਮੋੜ ਮੁੜਨਾ ਨਿੰਦਾ ਭਾਅ ਜੀ ਖੜੇ ਆ ਤੇ ਉਦੋਂ ਬਾਅਦ ਆਪਣਾ ਘਰ ਆ ਜਾਣਾ ਬਸ ਆਹੀ ਮੋੜ ਆ ਇਹਨੂੰ ਆਖਰੀ ਮੋੜ ਆ ਲਓ ਆਪਾਂ ਪਹੁੰਚਣ ਜਾ ਰਹੇ ਹਾਂ ਘਰੇ ਆ ਗਿਆ ਆਪਣਾ ਘਰ ਵੈਸੇ ਸਾਰੇ ਪਹਿਚਾਣਦੇ ਹੀ ਆ ਚਲੋ ਬਈ ਅੱਜ ਉਹਦੇ ਬਿਸਕੁਟਾਂ ਦਾ ਪੁੱਛਣ ਗਏ ਸੀ ਅਤੇ ਉੱਥੇ ਨਾ ਜਦੋਂ ਅਸੀਂ ਗਏ ਮੈਂ ਤਾਂ ਵੇਖੇ ਨਹੀਂ ਕਦੀ ਬਣੇ ਹੋਏ ਅਤੇ ਉੱਥੇ ਬਣੀ ਜਾਂਦੇ ਸੀ ਵਾਰੀ ਲੱਗੀ ਹੋਈ ਸੀ ਕਿੰਨੇ ਜਣਿਆਂ ਦੀ ਨਾ ਮਤਲਬ ਕਿ ਕਹਿ ਲਓ ਲਾਈਨ ਇੰਨੀ ਸੀ ਕਿ ਹਰ ਕੋਈ ਇੱਕ ਆ ਰਿਹਾ ਸੀ ਅਤੇ ਉਹਨਾਂ ਦੇ ਨੰਬਰ ਲੱਗੀ ਜਾਂਦੇ ਪਏ ਸੀ ਹਾਂ ਮੈਂ ਉਹ ਉਹਦੇ 'ਤੇ ਹੀ ਸਮਝਿਆ ਸੀ ਕਿ ਜਿਹੜੀ ਮਿੱਟੀ ਦੇ ਵਿੱਚ ਕਰਕੇ ਬਣਾਉਂਦੇ ਨੇ ਅਤੇ ਇਹ ਤਾਂ ਮਸ਼ੀਨ ਸੀ ਮਸ਼ੀਨ ਦੇ ਵਿੱਚ ਵੇਖਿਆ ਪਰ ਇਹ ਜਲਦੀ ਬਣੀ ਜਾਂਦੇ ਸੀ ਪਰ ਫਿਰ ਵੀ ਵਾਰੀ ਤਾਂ ਲੇਟ ਹੀ ਆਉਂਦੀ ਹੈ ਫਿਰ ਬਹੁਤ ਵਧੀਆ ਲੱਗ ਰਿਹਾ ਸੀ ਮੈਨੂੰ ਉੱਥੇ ਦੇਖ ਕੇ ਫਿਰ ਆਪਾਂ ਥੋੜ੍ਹੇ ਜਿਹੇ ਲੈ ਕੇ ਆਉਂਦੇ ਕਿਲੋ ਕੁ ਹਿਸਾਬ ਦੇਖ ਕੇ ਕਿ ਚੈੱਕ ਕਰਾਂਗੇ ਕਿ ਵਧੀਆ ਲੱਗ ਰਿਹਾ ਕਿਉਂਕਿ ਵਧੀਆ ਤਾਂ ਲੱਗ ਹੀ ਰਹੇ ਸੀ ਕਰਾਰੇ ਬਣ ਰਹੇ ਸੀ ਕਰਾਰੇ ਨਹੀਂ ਮਿੱਠੇ ਆਹੋ ਮਿੱਠੇ